ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੰਬਨੇਲ ਨੂੰ ਤੁਸੀਂ ਚੈੱਕ ਕਰ ਹੀ ਲਿਆ ਹੋਣਾ ਵੀਡੀਓ ਦਾ, ਪਟਿਆਲਾ ਸ਼ਾਹੀ ਬਟਨ ਵਾਲੀ ਪੱਗ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਬੰਨ ਕੇ ਦਿਖਾਵਾਂਗੇ। ਪਹਿਲਾ ਲੜ ਕਿਸ ਤਰੀਕੇ ਨਾਲ ਲਗਾਉਣਾ ਤੁਸੀਂ ਦੇਖ ਸਕਦੇ ਹੋ ਜੀ। ਹਲਕੇ ਹਲਕੇ ਵੱਟ ਕ੍ਰੀਏਟ ਕਰਨੇ ਸਿਰ ਦੇ ਉੱਤੋਂ ਦੀ ਲੜ ਨੂੰ ਲੈ ਕੇ ਆਉਂਦੇ ਹੋਏ। ਹਲਕੇ ਹਲਕੇ ਵੱਟ ਕ੍ਰੀਏਟ ਕਰਨ ਤੋਂ ਬਾਅਦ ਆਪਾਂ ਨੇ ਲੜ ਨੂੰ ਖਿੱਚਣਾ, ਖਿੱਚਣ ਤੋਂ ਬਾਅਦ ਬੈਕ ਸਾਈਡ ਤੋਂ ਫੋਲਡ ਕਰਾਂਗੇ। ਅਤੇ ਜਿਹੜਾ ਆਪਾਂ ਨੇ ਥੱਲੇ ਬੇਸ ਬੰਨਿਆ ਹੋਇਆ ਇਹਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਵੀਰੇ, ਦੇਖ ਸਕਦੇ ਹੋ ਵੀਡੀਓ ਜਾ ਕੇ, ਅਤੇ ਪੂਣੀ ਦੀ ਵੀਡੀਓ ਦਾ ਵੀ ਲਿੰਕ ਡਿਸਕ੍ਰਿਪਸ਼ਨ ਵਿੱਚ ਦੇਖ ਸਕਦੇ ਹੋ। ਪਹਿਲਾ ਲੜ ਲਗਾ ਲੈਣਾ ਸਿੰਪਲੀ ਸੌਖੇ ਤਰੀਕੇ ਨਾਲ, ਉਸ ਤੋਂ ਬਾਅਦ ਚੱਲਦੇ ਹਾਂ ਆਪਾਂ ਦੂਜੇ ਲੜ ਵੱਲ। 6 ਮੀਟਰ ਲੈਂਥ ਹੈ ਵੀਰੇ ਅਤੇ 5 ਲੜ ਲੱਗਣਗੇ ਪੱਗ ਵਿੱਚ। ਸਕੂਲ ਵਾਲੇ ਵੀਰਾਂ ਲਈ ਜਾਂ ਸਟੂਡੈਂਟ ਵੀਰ ਨੇ ਜਿਹੜੇ, ਉਹਨਾਂ ਲਈ ਸਪੈਸ਼ਲ ਟੋਪਿਕ ਹੈ ਇਹ ਵੀਡੀਓ ਦਾ, ਤਾਂ ਐਂਡ ਤੱਕ ਜ਼ਰੂਰ ਦੇਖਿਓ। ਵੈਸੇ ਹਰ ਇੱਕ ਵੀਰ 'ਚ ਜਾ ਸਕਦਾ, ਉਹਨਾਂ ਲਈ ਸਪੈਸ਼ਲ ਟੋਪਿਕ ਹੈ ਕਿਉਂਕਿ ਉਹਨਾਂ ਨੂੰ ਘੱਟ ਸਮੇਂ ਵਿੱਚ ਪੱਗ ਚਾਹੀਦੀ ਹੈ। 10 ਮਿੰਟ ਵਿੱਚ ਮਿਨੀਮਮ ਪੱਗ ਬੰਨ੍ਹ ਕੇ ਦਿਖਾਵਾਂਗੇ ਆਪਾਂ ਤੁਹਾਨੂੰ। ਵੱਟ ਕਿਵੇਂ ਕ੍ਰੀਏਟ ਕਰਨਾ ਹੈ ਦੂਜੇ ਲੜ ਵਿੱਚ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਪਿੰਚ ਕਰਨਾ, ਪਿੰਚ ਭਾਵ ਆਪਾਂ ਚੁੰਡੀ ਕਹਿ ਰਹੇ ਹਾਂ, ਹਲਕਾ ਜਿਹਾ ਪਿੰਚ ਕਰਨਾ ਹੈ ਬਿਲਕੁਲ, ਜਮ੍ਹਾਂ ਹੀ ਹਲਕੇ ਹੱਥਾਂ ਨਾਲ। ਉਸ ਤੋਂ ਬਾਅਦ ਜਿੰਨੇ ਵੱਟ ਬਣਦੇ ਨੇ ਉਨੇ ਪਾ ਲੈਣੇ ਨੇ, ਸ਼ੇਪ ਜਿੰਨੀ ਹੋ ਸਕਦੀ ਹੈ ਜੀ ਆਪਾਂ ਨੇ ਉਨੀ ਵਧੀਆ ਬਣਾਉਣੀ ਆ। ਅਤੇ ਆਹ ਵਾਲੇ ਬੇਸ ਦੀ ਵੀਡੀਓ ਵੈਸੇ ਪਾਈ ਹੋਈ ਹੈ, ਜੇ ਤੁਸੀਂ ਕਹਿੰਦੇ ਹੋ ਦੁਬਾਰਾ ਵੀ ਅਪਲੋਡ ਕਰ ਦਾਂਗੇ, ਕਿਉਂਕਿ ਉਹ 'ਚ ਥੋੜ੍ਹਾ ਛੋਟਾ ਬੇਸ ਬੰਨਿਆ ਹੋਇਆ, ਇਹ ਬੇਸ ਥੋੜ੍ਹਾ ਉਸ ਤੋਂ ਵੱਡਾ ਹੈ ਵੀਡੀਓ ਤੋਂ। ਤਾਂ ਬੇਸ ਦੀ ਵੀ ਵੀਡੀਓ ਜਿਹੜੀ ਇਹ ਵਾਲੇ ਦੀ ਹੈ, ਜਲਦੀ ਹੀ ਲੈ ਕੇ ਆਵਾਂਗੇ ਆਪਾਂ ਜਿਹੜੀ ਨਵੇਂ ਤਰੀਕੇ ਨਾਲ। 2 ਲੜ ਲੱਗ ਚੁੱਕੇ ਹੈ ਤੁਸੀਂ ਦੇਖ ਸਕਦੇ, ਬਿਲਕੁਲ ਸਫਾਈ ਨਾਲ ਆਪਣੇ ਵਧੀਆ ਵਰਕ ਪੈ ਚੁੱਕੇ ਨੇ। ਹੁਣ ਚੱਲਦੇ ਹਾਂ ਜੀ ਆਪਾਂ 3 ਲੜ ਵੱਲ। ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਜੀ, 10 ਮਿੰਟ ਦੀ ਵੀਡੀਓ ਹੈ, ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਬਹੁਤ ਹੈਲਪਫੁਲ ਹੋਏਗੀ ਤੁਹਾਡੇ ਲਈ। ਥੋੜ੍ਹੇ ਥੋੜ੍ਹੇ ਵੱਟ ਜਿਹੜੇ ਆਪਣੇ ਤੁਹਾਡੇ ਆਟੋਮੈਟਿਕਲੀ ਪਏ ਹੋਣਗੇ, ਵੱਟ ਜਿਹੜੇ ਪਏ ਹੋਣਗੇ। ਉਹ ਤੋਂ ਬਾਅਦ ਆਪਾਂ ਨੇ ਪਿੰਚ ਕਰਨਾ ਲੜ ਨੂੰ ਖੋਲ੍ਹ ਕੇ, ਥੱਲੇ ਵੱਲ ਨੂੰ ਪਿੰਚ ਕਰਨਾ। ਪਿੰਚ ਕਰਨ ਤੋਂ ਬਾਅਦ ਜਿਹੜੇ ਆਪਣੇ ਵੱਟ ਬਣ ਜਾਣਗੇ, ਵੱਟ ਕਰਨ ਤੋਂ ਬਾਅਦ ਫਿਰ ਆਪਾਂ ਲੜ ਨੂੰ ਪਿੰਚ ਕਰਾਂਗੇ। ਹੁਣ ਤੁਸੀਂ ਦੇਖ ਸਕਦੇ ਜਿਹੜੇ ਆਪਣੇ ਵੱਟ ਨੇ, ਉਹਨਾਂ ਨੂੰ ਇਕੱਠਾ ਕਰ ਲੈਣਾ ਜੜ ਵਿੱਚ, ਤਾਂ ਜੋ ਆਪਣੇ ਜਿਹੜੇ ਵੱਟ ਨੇ ਉਹ ਹੋਰ ਵੀ ਵਧੀਆ ਤਰੀਕੇ ਨਾਲ ਜਿਹੜੇ ਦਿਖਣ ਪੱਗ ਵਿੱਚ। ਅਤੇ ਜਿਹੜੇ ਥੱਲੇ ਵੱਟ ਨਿਕਲ ਜਾਂਦੇ ਨੇ, ਉਹਨਾਂ ਨੂੰ ਆਪਾਂ ਸੈੱਟ ਕਰਨਾ। ਮੇਨ ਜਿਹੜੀ ਪੱਗ ਦੀ ਸ਼ੇਪ ਅਤੇ ਵੱਟ ਜਿਹੜੇ ਆਪਾਂ ਦੋਨੇ ਵਧੀਆ ਤਰੀਕੇ ਨਾਲ ਲਗਾਉਣੇ ਆ। ਅਤੇ ਹਰ ਇੱਕ ਵੀਰ ਜਿਹੜੀ ਆਹ ਸ਼ੇਪ ਸੋਹਣੀ ਲੱਗਦੀ ਹੈ ਹਰ ਇੱਕ ਵੀਰ ਦੇ ਫੇਸ 'ਤੇ, ਜਿਹੜੀ ਆਪਾਂ ਬੰਨਾਂਗੇ ਥੰਬਲ ਨੂੰ ਦੇਖ ਕੇ ਜਾਣਾ। ਅਤੇ ਤੁਸੀਂ ਇੱਦਾਂ ਜਾਣਾ ਚਾਹੁੰਦੇ ਤਾਂ ਵੀਡੀਓ ਨੂੰ ਪੂਰਾ ਰੀਸਪੈਕਟ ਕੀਤਾ, ਜਿੰਨੀ ਵਾਰ ਹੋ ਸਕਦਾ ਉੰਨੀ ਵਾਰ ਵੀਡੀਓ ਨੂੰ ਦੇਖੋ, ਰਿਪੀਟ ਕਰੋ। ਉਮੀਦ ਹੈ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਸਿੱਖਣ ਨੂੰ ਮਿਲੂਗਾ। ਜਿਹੜੇ ਹੁਣ ਤੁਸੀਂ ਦੇਖ ਸਕਦੇ ਵੱਟ ਆਪਣੇ ਖਿਲਰੇ ਹੋਏ ਨੇ, ਆਪਾਂ ਉਹਨਾਂ ਨੂੰ ਸੈੱਟ ਕਰਾਂਗੇ, ਮਤਲਬ ਜਿਹੜੇ ਗੈਪ ਥੋੜ੍ਹਾ ਜਿਹਾ ਸਹੀ ਕਰਾਂਗੇ ਉਹਨਾਂ ਦਾ। ਗੈਪ ਸਹੀ ਕਰਨ ਤੋਂ ਬਾਅਦ ਜੀ ਆਪਾਂ ਬਾਜ ਫੇਰ ਕੇ ਉਸ ਤੋਂ ਬਾਅਦ ਜਾਵਾਂਗੇ ਚੌਥੇ ਲੜ ਵੱਲ। ਵੈਸੇ ਜਿਵੇਂ ਅੱਜ ਕੱਲ੍ਹ ਨਵਾਂ ਰਿਵਾਜ ਚੱਲਿਆ, ਸੂਈ ਨਾਲ ਵੱਟ ਬਣਾਉਂਦੇ ਨੇ ਮੇਰੇ ਵੀਰ, ਤਾਂ ਉਹ ਵਾਲੇ ਵੱਟਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰ ਦਿਓ ਕਿ ਨਵੇਂ ਤਰੀਕੇ ਨਾਲ ਵੱਟ ਕਿਵੇਂ ਪਾਈ ਦੇ ਆ। ਜਾਂ ਪਟਿਆਲਾ ਸ਼ਹੀਦ ਪੱਗ ਸਕੂਲ ਵਾਲੇ ਵੀਰ ਜਾਂ ਸਟੂਡੈਂਟ ਵੀਰ ਜੇ ਦੇਖਣਾ ਚਾਹੁੰਦੇ ਹੋ, ਉਹ 'ਤੇ ਵੀ ਆਪਾਂ ਵੀਡੀਓ ਲਿਆਵਾਂਗੇ। ਵੈਸੇ ਇਹ ਸਟੂਡੈਂਟ ਵੀਰ ਵਾਲੀ ਸਪੈਸ਼ਲ ਟੋਪਿਕ ਹੈ, ਕਿਉਂਕਿ ਬਹੁਤ ਡਿਮਾਂਡ ਆਉਂਦੀ ਸੀ ਮੈਨੂੰ ਕਿ ਅਸੀਂ ਸਟੂਡੈਂਟ ਹਾਂ ਜੀ, ਕੋਲੇਜ ਜਾਂਦੇ ਹਾਂ, ਸਕੂਲ ਜਾਂਦੇ ਹਾਂ, ਅਤੇ ਸਕੂਲ ਵਾਲੇ ਵੀਰਾਂ ਲਈ ਮੈਂ ਪਹਿਲਾਂ ਪਾਈ ਹੋਈ ਹੈ ਵੀਡੀਓ, ਬਟ ਸਟੂਡੈਂਟਸ ਵੀਰ ਲਈ ਨਹੀਂ ਪਾਈ ਸੀ, ਜਿਹੜੇ ਮਤਲਬ ਕੋਲੇਜ ਸਟੂਡੈਂਟ ਹੋ ਗਏ ਜਾਂ ਵੱਡੇ ਵੀਰ ਹੋ ਗਏ ਆਪਣੇ। ਇਹ ਸਾਰੇ ਪੱਗ 'ਚ ਆ ਸਕਦੇ ਨੇ, ਕੋਈ ਉਹ ਨਹੀਂ ਹੈ ਕਿ ਸਪੈਸ਼ਲ ਉਹਨਾਂ ਲਈ ਹੈ, ਮਤਲਬ ਮੇਨ ਉਹਨਾਂ ਦੇ ਮੁੱਦਾ ਰੱਖਦੇ ਹੋਏ ਬਣਾਈ ਆਪਾਂ ਇਹ ਵੀਡੀਓ। ਕਹਿਣ ਦਾ ਭਾਵ ਇਹ ਹੈ, ਚੌਥਾ ਲੜ ਆਪਾਂ ਨੇ ਕਿੱਦਾਂ ਲਗਾਉਣਾ ਦੇਖ ਸਕਦੇ ਹੋ, ਉਹ ਤਰੀਕੇ ਨਾਲ ਪਿੰਚ ਕਰਾਂਗੇ। ਪਹਿਲਾਂ ਆਪਾਂ ਕੰਮ ਸੈੱਟ ਕਰ ਲਾਂਗੇ, ਜ਼ਰੂਰੀ ਆ। ਉਹ ਤੋਂ ਬਾਅਦ ਵਿੱਚ ਤੁਹਾਨੂੰ ਜਿਹੜਾ ਹੈੱਡ ਪੇਨ ਹੁੰਦਾ ਹੈ ਕਈ ਵਾਰ, ਉਹਦੇ ਕਰਕੇ ਕੰਮ ਦੇ ਕਰਕੇ ਪਿੰਚ ਕਰਨ ਲਈ, ਪਿੰਚ ਕਰਨ ਤੋਂ ਬਾਅਦ ਆਪਾਂ ਜਿਹੜੇ ਵੱਟ ਬਣਾਏ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਸੈੱਟ ਕਰਾਂਗੇ। ਸੈੱਟ ਕਰਨ ਨਾਲ ਇਹ ਹੋਊਗਾ ਕਿ ਜਿਹੜਾ ਆਪਾਂ ਸ਼ੇਪ ਬਣਾਉਣੀ ਹੈ ਪੱਗ ਦੀ ਉਹ ਵੀ ਸੋਹਣੀ ਲੱਗੂਗੀ, ਅਤੇ ਜਿਹੜੇ ਵੱਟ ਨੇ ਆਪਣੇ ਪੱਗ ਦੇ ਉਹ ਵੀ ਵਧੀਆ ਤਰੀਕੇ ਨਾਲ ਨਿਕਲ ਜਾਣਗੇ। ਅਤੇ ਬਾਕੀ ਜੀ ਵੀਡੀਓ ਵਿੱਚ ਕੁਝ ਵੀ ਸਿੱਖਣ ਨੂੰ ਮਿਲਦਾ ਤੁਹਾਨੂੰ, ਤਾਂ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਯਾਰ ਮਿੱਤਰਾਂ ਨਾਲ, ਉਹਨਾਂ ਵੀਰਾਂ ਤੱਕ ਪਹੁੰਚਾ ਦਿਓ ਜਿਹੜੇ ਵੀ ਸਾਡੇ ਸਟੂਡੈਂਟ ਨੇ, ਅਤੇ ਜਿਹੜੇ ਵੀਰ ਪੱਗ ਸਿੱਖਣਾ ਚਾਹੁੰਦੇ ਨੇ, ਸੁਧਾਰ ਕਰਨਾ ਚਾਹੁੰਦੇ ਨੇ, ਜ਼ਰੂਰ ਸ਼ੇਅਰ ਕਰ ਦਿਆ ਕਰੋ, ਇੰਨੀ ਕੁ ਬੇਨਤੀ ਪ੍ਰਵਾਨ ਕਰੋ ਜੀ। ਅਤੇ ਚੌਥਾ ਲੜ ਆਪਾਂ ਦੇਖ ਸਕਦੇ ਹੋ ਕਿੰਨੇ ਸੋਹਣੇ ਵੱਟ ਬਣ ਚੁੱਕੇ ਨੇ ਆਪਣੇ, ਤਾਂ ਆਪਾਂ ਹੁਣ ਇਹਨੂੰ ਆਪਾਂ ਲਗਾਵਾਂਗੇ ਜੀ। ਸ਼ੇਪ ਵੀ ਤੁਸੀਂ ਦੇਖ ਸਕਦੇ ਹੋ ਆਪਣੀ ਬਿਲਕੁਲ ਸੋਹਣੇ ਤਰੀਕੇ ਨਾਲ ਤਿਆਰ ਹੋ ਚੁੱਕੀ ਹੈ। ਬਾਕੀ ਜੇ ਤੁਸੀਂ ਇਹਨੂੰ ਹੋਰ ਇੰਪਰੂਵ ਕਰਨਾ ਚਾਹੁੰਦੇ ਹੋ ਪੱਗ ਨੂੰ, ਤੁਸੀਂ ਕਰ ਸਕਦੇ ਹੋ, ਕਿਉਂਕਿ ਹਰ ਇੱਕ ਚੀਜ਼ ਆਪਣਾ ਆਪਣਾ ਹੱਥ ਹੁੰਦਾ, ਜਿੰਨੀ ਪ੍ਰੈਕਟਿਸ ਕਰੋਗੇ ਓਨਾ ਹੱਥ ਖੁੱਲੂਗਾ ਤੁਹਾਡਾ। ਪ੍ਰੈਕਟਿਸ ਤੁਹਾਨੂੰ ਪਤਾ ਹੀ ਹੈ ਮੇਨ ਹੈ, ਬਾਅਦ ਨਾਲ ਜਿਹੜੇ ਆਪਾਂ ਵੱਟ ਜਿਹੜੇ ਸੈੱਟ ਕਰ ਲਾਂਗੇ ਜੀ ਗੈਪ ਜਾਣ ਦਾ। ਪਟਿਆਲਾ ਸ਼ਾਹੀ ਬਟਨ ਵਾਲੀ ਪੱਗ ਹੈ ਜੋ ਕਿ ਬਹੁਤ ਹੀ ਪ੍ਰਯੋਗ ਕਰਨੇ ਮੇਰੇ ਵੀਰਾਂ ਵਿੱਚ। ਬਾਕੀ ਤੁਹਾਡੇ ਅੱਗੇ ਇੰਨੀ ਕੀ ਡਿਮਾਂਡ ਕਰਦੇ ਹੁੰਦੇ ਹਾਂ, ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਜ਼ਰੂਰ ਕਰ ਦੇਣਾ ਯਾਰ। ਸਾਰੇ ਵੀਰ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ 'ਤੇ, ਤਾਂ 1 ਲਾਈਕ ਨਾਲ ਅਸੀਂ ਬਹੁਤ ਮੋਟੀਵੇਟ ਹੁੰਦੇ ਹਾਂ। ਬਾਕੀ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ, ਡਿਸਲਾਈਕ ਮਾਰ ਵੀ ਰਹੇ ਹੋ ਤਾਂ ਨੋ ਪ੍ਰੋਬਲਮ, ਬਟ ਯਾਰ ਮੈਨੂੰ ਇੱਕ ਵਾਰ ਕਮੈਂਟ ਕਰ ਦਿਓ ਕਿ ਕਿਹੜੀ ਚੀਜ਼ ਸੁਧਾਰਨ ਵਾਲੀ, ਆਪਾਂ ਜ਼ਰੂਰ ਸੁਧਾਰਾਂਗੇ ਯਾਰ, ਕਿਉਂਕਿ ਤੁਹਾਡਾ ਹੁਕਮ ਸਿਰ ਮੱਥੇ ਆਪਣੇ। ਬਟ ਦੇਖ ਸਕਦੇ ਤੁਸੀਂ ਆਪਣੇ ਵਧੀਆ ਤਰੀਕੇ ਨਾਲ ਤਿਆਰ ਹੋ ਚੁੱਕੇ ਨੇ,
स्लो मोशन च बनते बग वो करके। बाकी शेप तुम देख सकते हो बिल्कुल सोहनी तैयार हो रही है। बाकी एक छोटी एक होर बेनती करना चाहूँगा, मैं गेमिंग चैनल शुरू किया पबजी लाइव स्ट्रीम कर रहा, तो जेडे भी वीडियो देख रहे हैं जेकर तुम इंट्रस्ट रखते हो गेमिंग या गेम देखना चाहते हो एंटरटेन होना चाहते हो तो लिंक डिस्क्रिप्शन साढ़े चैनल जाके विजिट कर सकते हो, जिसमें वजह लगे सबसक्राइब भी कर लो। गेमिंग चैनल शुरू किया। बाकी चलते हैं पंजवें लड़ वाले, भी उस तरीके पिछे फोल्ड करेंगे जी। पहला तो आप मोटा पला उत्ता करते हुए पतला पला थले वालों कर लेना पूनी जी, जरूर देखियो वीडियो और लिंक डिस्क्रिप्शन में है, पूनी भी थोड़े लिए बहुत हेल्पफुल होएगी। ये पग की सैट कर लो जी पला अपना जोड़ा मोटा पला उपर न, ता ही शेप वधिया बनेगी, नहीं तो अपना डेंट पै जाता यार, ये बहुत वड्डी दिक्कत आती है मेरे वीर। बाकी साडा कदा वीरे साडा तो इन्ना की काम होंगे कि असं थोड़े तक वीडियो पहुँचाइए, थोड़ा कोई ना कुछ सीखने मिले, पर साडा इन्ना की मोटिवेट हों मोटिव हों सा। तो बाकी शेयर करना वीडियो थोड़े हाथ है क्योंकि जिन्ना हो सकता आप उन्ना शेयर करेंगे, तो ही अगे अगे वीर जो कुछ ना कुछ सीखेंगे। वीडियो बनाने का मोटिव यही है जिन्ना हो सकते हैं वो अपना कुछ ना सीख। देख सकते हो अपना मोटा पला तो सही किमें करने आप, तो बिल्कुल साफ लड़ आया अपना, कोई एवं जिमें डेंट नहीं पिया। ये चीज़ तुम्हें जरूर फॉलो करनी है मोटे पल वाली, इसते बकायदा वीडियो अपने बनाई हुई है, वैसे वो पटियाला शाही पग में है बट ए भी यूज़ कर सकते हो सेम मैथड, तो जरूर विजिट करके देखियो एक बार साढ़े चैनल पटियाला शाही पग की डेंट प्रॉब्लम की पाई हुई है वीडियो, सेम मैथड होएगा उस बटा वाली भी तो पटियाला शाही भी। हूँ आप हल्के हल्के वट पा देंगे जी पिंच करने बाद। बाकी कई वीर कह रहे हैं कि यार साढ़े तो नहीं बंद होंगी पग, असं काफ़ी कोशिश करते हैं, तो वीरे मैं परसनल कॉन्टैक्ट कर सकते हो, इंस्टाग्राम का भी लिंक आपको दिता हुआ है डिस्क्रिप्शन में, कोई दिक्कत नहीं, जो कहोगे उदो गलबात करनी तैयार हाँ वीरे थोड़े नाल, कोई चक्कर नहीं, क्योंकि यार थोड़े करके उरे तक पहुँचा तो वीरे थोड़ी गल आप हमेशा मानेंगे यार, कभी भी थोड़ी गल ए नहीं होगी ना मनी हो, इंस्टाग्राम से मैसेज कर दो जी, थोड़ा फिर भी ना सीखने को मिला हो कुछ भी प्रॉब्लम आ रही हो किसी भी तरीके की गलबात करनी कर सकते हो जी। हूँ आप लड़न लगा लेंगे, थोड़ा टाइम आप ला रहे पग में कि थोड़ू ब्रीफली एक्सप्लेन करके दसना, तो उस चीज़ लिए आप स्लो पग बना के टाइम दसा। देख सकते शेप अपनी सोहनी तैयार हो चुकी है, जोड़े मेरे वीर पांच लड़ाई पग से आना चाहते हैं उन्होंने बहुत परफेक्ट शेप है। जेकर तुम छे लड़ा वाली पग देखना चाहते हो स्टूडेंट वीर ने जोड़े, तो कमेंट कर सकते हो, जिन्हें कमेंट आने आप उस हिसाब से चलेंगे क्योंकि थोड़ी डिमांड होंगी है, तो ही आप वीडियो लैके आने जल्दी जल्दी, थोड़ा दब लेंगे पग नूं अंदर वालों ता जो शेप अपनी भरमी आ सके पूरी, थोड़ा साइड तो कढ़ांगे लड़ा शेप फुलावट भी आ जाए। हूँ लास्ट लड़ लगावे पांच लड़ा की पग की, मैं वीडियो तां लैके आया क्योंकि छे लड़ा की मैं अपलोड करता था, कई वीर जड़े ने पांच लड़ी ही बजते हैं, ज़्यादातर अच्कल पांच लड़ा वाली पग सजा के खुश ने वीर मेरे, क्योंकि रूबिया कपड़े में पांच लड़ी ही पग सही रहती है कई वीर लिए, ज़्यादा वड्डी पग नहीं बनते कई वीर मेरे, तो यह मिनीम कपड़ा इन्ना की जचता होंगे। तो हूँ आप चलते हैं लास्ट लड़ वाल, लास्ट शर्ट किस तरीके लगाना तो देख सकते हो, जमा ही सीधा लैके आना, उस तो बाद हल्के हल्के वट क्रिएट कर लेने, वट क्रिएट करने तो बाद उत्ते पग पीना लगा लेंगे, पग पीना लगाने तो बाद अपना लास्ट शर्ट लग चुके जी, पग पीना लगा लो जिन्नी हो सकती ने। बाकी लास्ट वाला लड़ जो अपना लग चुक है बहुत ही वधिया तरीके, अपनी पग की शेप जी थोड़ी टेढ़ी लग रही है, आप सैट करा हले थोड़ी पग की होर सफाई होगी। बाकी मेरे फेस से भी सही लग रही है पग, यह तुम सजाओगे थोड़े भी फेस से काफ़ी सोहनी लगेगी। हूँ आप सिर ढक लें सिंपली सिंपल तरीके, पग तुम देख सकते हो उत्तों भी देख सकते हो थलों भी देख सकते हो, बिल्कुल प्रोपर तरीके बनी हुई है, ज़्यादा हैवी भी नहीं लगेगी तो कंफर्टेबल बनने वाली पग है। कपड़ा रूबिया जो तुम चाहो तो फुल बैल भी यूज़ कर सकते हो, बट मेरे को रूबिया सी यार आ कपड़े ब्लू कलर की, तो मैं रूबिया बनी है, तुम फुल बैल भी यूज़ कर सकते हो नो प्रॉब्लम, वैसे डिमांड मैंने रूबिया तो आई सी, सिर भी अपना ढक चुके हूँ, तो देख सकते हो पग तुम बिल्कुल वधिया तरीके तैयार हो चुके। एक बार फिर थोड़ा मैं दस देना चाहता, आप गेमिंग चैनल शुरू किया लिंक डिस्क्रिप्शन में, जेकर तुम इंट्रस्ट रखते हो तो एक बार विजिट कर लियो, वधिया लगे ना सबसक्राइब भी कर सकते हो। बाकी वीरे वीडियो में शेयर करना ना भुल्यो क्योंकि काफ़ी मेहनत लगती है, तो साडा यही मोटिव होंगे कि असं अगे तो अगे जो वीडियो में पहुँचाइए, तो होर भी वीर जो वीडियो देख के कुछ ना कुछ सीख सकन, पग में अंदर थोड़ा प्रेस किया अपने अपनी होर फलावट भी छोड़ चुकी है। बाकी ये पग तुम वीर स्कूल जाके भी बन सकते हो, मतलब स्कूल जाने भी बन सकते हो, कॉलेज जाते उत्थे भी बन सकते हो, कितने ऑफिस जाते हो तो भी बन सकते हो, स्टूडेंट हो कुछ भी कितने भी जाना हो सारी जगह तो चल जाऊगी पग, क्योंकि सोहनी है शेप भी वधिया, 50 वाली पग तो वैसे भी वधिया लगती है।
ਬਾਕੀ ਉਮੀਦ ਕਰਦੇ ਹਾਂ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ। ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਥੰਬਸ ਅਪ ਕਰ ਦਿਓ ਜੀ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ। ਬਾਕੀ ਆਪਾਂ ਜਲਦੀ ਮਿਲਾਂਗੇ ਨਵੀਂ ਵੀਡੀਓ ਲੈ ਕੇ। ਅੱਜ ਲਈ ਸਿਰਫ ਇੰਨਾ ਹੀ ਹੈ ਜੀ, ਧੰਨਵਾਦ।